ਟ੍ਰੇਨਿੰਗ ਦਿੰਦੇ ਹੋ ਜਿਹੜੇ ਆਦਮੀ ਵਿੱਚ ਨੌਜਵਾਨ ਜਾਣਾ ਚਾਹੁੰਦੇ ਹੋ ਇਹ ਟ੍ਰੇਨਿੰਗ ਨੂੰ ਕਹਿੰਦੇ ਕੀ ਆਪਾਂ ਆਪਾਂ ਕੈਲਿਸਥੈਨਿਕ ਕਹਿੰਦੇ ਹਾਂ ਜੀ ਯਾਨੀ ਕਿ ਸਭ ਕੁਛ ਸਿਖਾਇਆ ਜਾਂਦਾ ਜੀ ਪੁਸ਼ਅਪ ਹੋ ਗਏ ਫਲਿੱਪ ਵਗੈਰਾ ਹੋ ਗਈ ਬੈਕ ਹੈਂਡ ਸਪ੍ਰਿੰਗ ਹੋ ਗਈ ਸ਼ਾਲਟੋ ਹੋ ਗਈ ਬੈਕ ਹੈਂਡ ਸਪ੍ਰਿੰਗ ਸ਼ਾਲਟੋ ਹੋ ਗਈ ਜੀ ਫਰੰਟ ਹੈਂਡ ਸਪ੍ਰਿੰਗ ਹੋ ਗਈ ਯਾਨੀ ਕਿ ਸਭ ਆਪਾਂ ਸਿਖਾਇਆ ਜਾਂਦਾ ਜੀ ਇੱਥੇ ਅਤੇ ਫਿਰ ਜਿਮ ਜਾ ਕੇ ਇਹ ਚੀਜ਼ਾਂ ਨੂੰ ਕਰਕੇ ਕੀ ਫਾਇਦਾ ਹੁੰਦਾ ਦੋਨਾਂ ਵਿੱਚ ਜਾਂ ਕੀ ਡਿਫਰੈਂਟ ਹੈ ਜਿਮ ਦੇ ਵਿੱਚ ਜੀ ਮਸਲ ਵਗੈਰਾ ਬਣਦੇ ਨੇ ਅਤੇ ਬੋਡੀ ਟਾਈਟ ਹੋ ਜਾਂਦੀ ਆ ਜਿਹੜੇ ਇਹ ਨੂੰ ਕਹਿ ਦਿੰਦੇ ਜਿਮਨਾਸਟਿਕਲ ਇਹਦੇ ਵਿੱਚ ਜੀ ਸਰੀਰ ਦੀ ਫਲੈਕਸੀਬਿਲਟੀ ਲਾਚਕ ਹੱਡੀਆਂ ਮਜ਼ਬੂਤ ਜੀ ਯਾਨੀ ਕਿ ਫੁਰਤੀ ਆਉਂਦੀ ਸਾਰਾ ਫੁਰਤੀ ਦਾ ਕੰਮ ਆ ਅਤੇ ਜ਼ੋਰ ਦਾ ਕੰਮ ਆ ਜੀ ਜਿਮ ਦੇ ਵਿੱਚ ਇਕੱਲਾ ਜ਼ੋਰ ਜਾਂ ਮਸਲ ਵਿੱਚ ਵਗੈਰਾ ਖੜੇ ਹੋ ਜਾਂਦੇ ਨੇ ਇਹਦੇ ਵਿੱਚ ਜ਼ਿਆਦਾ ਜ਼ੋਰ ਲੱਗਦਾ ਜਿਮ ਨੂੰ ਜਿੰਨੇ ਵੀ ਇੱਥੇ ਮੁੰਡੇ ਆਉਂਦੇ ਨੇ ਉਹ ਟ੍ਰੇਨਿੰਗ ਲੈਣ ਵਾਸਤੇ ਟ੍ਰੇਨਿੰਗ ਦੇ ਕੇ ਜਾਂਦੇ ਹਾਂਜੀ ਹਾਂਜੀ ਟ੍ਰੇਨਿੰਗ ਦੇ ਕੇ ਜਾਂਦੇ ਜੀ ਨਾਲੇ ਖੁਦ ਟ੍ਰੇਨਿੰਗ ਲਾਈਦੇ ਨਾਲੇ ਉਹਨਾਂ ਨੂੰ ਦੇਈਏ ਅਸੀਂ ਸਭ ਮੌਜੂਦ ਹਾਂ ਸੁਖਚੈਨ ਸਿੰਘ ਦੇ ਘਰ ਤੁਸੀਂ ਦੇਖ ਸਕਦੇ ਹੋ ਵੀ ਸੁਖਚੈਨ ਸਿੰਘ ਦੇ ਘਰ ਦੇ ਹਾਲਾਤ ਕੀ ਨੇ ਮੁੰਡਾ ਮਿਹਨਤ ਕਰਦਾ ਜੋ ਗਰਾਊਂਡ ਵਿੱਚ ਜਾ ਕੇ ਦੂਸਰਿਆਂ ਨੂੰ ਵੀ ਟ੍ਰੇਨਿੰਗ ਦਿੰਦਾ ਹੈ ਉਸਦਾ ਘਰ ਹੈ ਇਹ ਸਾਰੇ ਇਨਾਮ ਜਿੱਤੇ ਹੋਏ ਨੇ ਜਿੱਥੇ ਜਿੱਥੇ ਸੁਖਚੈਨ ਗਿਆ ਜਾਂ ਜਿੱਥੇ ਇਹਨੂੰ ਬੁਲਾਉਂਦੇ ਨੇ ਸੁਖਚੈਨ ਨੂੰ ਕਬੱਡੀ ਵੀ ਖੇਡਦਾ ਰਿਹਾ ਨੌਜਵਾਨ ਕਬੱਡੀ ਹੁਣ ਖੇਡਦੇ ਹੋ ਕਿ ਛੱਡਤੀ ਹੈ ਹੁਣ ਛੱਡਤੀ ਹੈ ਜੀ ਹੁਣ ਨਹੀਂ ਖੇਡਦੇ ਕਬੱਡੀ ਹਾਂਜੀ ਹੁਣ ਨਹੀਂ ਖੇਡਦੇ ਮੈਂ ਦੇਖਦੇ ਵੀ ਕਬੱਡੀ ਦੇ ਵੀ ਇਨਾਮ ਮਿਲੇ ਹੋਏ ਹਾਂਜੀ ਹਾਂਜੀ ਕਬੱਡੀ ਦੇ ਹੈਗੇ ਅਤੇ ਹੁਣ ਛੱਡਤੀ ਜੀ ਪਹਿਲਾਂ ਖੇਡਦੇ ਸੀ ਜ਼ਿਆਦਾ ਖੁਰਾਕ ਵਗੈਰਾ ਨਹੀਂ ਮਿਲਦੀ ਸੀਗੀ ਅਤੇ ਖੁਰਾਕ ਵਗੈਰਾ ਨਹੀਂ ਮਿਲਦੀ ਸੀ ਡਾਇਟ ਨਹੀਂ ਸੀ ਪੂਰੀ ਹੁੰਦੀ ਤਾਂ ਕਰਕੇ ਛੱਡਤੀ ਹਾਲਾਤ ਤੁਸੀਂ ਦੇਖ ਸਕਦੇ ਹੋ ਤਾਂ ਨੌਜਵਾਨ ਅਕੈਡਮੀ ਖੋਲ੍ਹਣਾ ਚਾਹੁੰਦਾ ਅਕੈਡਮੀ ਵਿੱਚ ਬੱਚੇ ਹੋ ਗਏ ਨੌਜਵਾਨ ਹੋ ਗਏ ਜਾਂ ਹੋਰ ਵਿਅਕਤੀ ਬਜ਼ੁਰਗ ਹੋ ਗਏ ਉਹਨਾਂ ਨੂੰ ਟ੍ਰੇਨਿੰਗ ਦੇਣਾ ਚਾਹੁੰਦਾ ਵੀ ਸਿਹਤ ਸਹੀ ਰਹੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਨੌਜਵਾਨ ਤਾਂ ਸਾਡੇ ਨਾਲ ਸੁਖਚੈਨ ਸਿੰਘ ਮੌਜੂਦ ਨੇ ਪਿੰਡ ਕੁਰੜ ਜ਼ਿਲ੍ਹਾ ਬਰਨਾਲਾ ਏ ਤਾਂ ਗੱਲਬਾਤ ਕਰਾਂਗੇ ਨੌਜਵਾਨ ਜਿਹੜੇ ਟ੍ਰੇਨਿੰਗ ਕਰਕੇ ਆਰਮੀ ਵਿੱਚ ਜਾਣਾ ਚਾਹੁੰਦੇ ਨੇ ਉਸ ਨੌਜਵਾਨਾਂ ਨੂੰ ਵੀ ਟ੍ਰੇਨਿੰਗ ਦਿੰਦਾ ਅਤੇ ਦੂਸਰੇ ਪਾਸੇ ਖੁਦ ਵੀ ਇਹਨੇ ਟ੍ਰੇਨਿੰਗ ਲਈ ਹੋਈ ਹੈ ਤਾਂ ਸੁਖਚੈਨ ਸਿੰਘ ਕੋਲ ਜਾਣਾਂਗੇ ਕਿ ਜਿਮ ਵਿੱਚ ਜਾ ਕੇ ਸਰੀਰ ਨੂੰ ਸੈੱਟ ਕਰਨਾ ਜਾਂ ਪੇਟ ਘਟਾਉਣਾ ਜਾਂ ਹੋਰ ਵੀ ਜੋ ਸਰੀਰ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਉਸ ਨੂੰ ਹੋਰ ਤੇਜ਼ ਕਰਨਾ ਉਸ ਵਿੱਚ ਅਤੇ ਇਸ ਜੋ ਸਟੰਟ ਬਾਜੀ ਜਾਂ ਕੈਲਸ ਥੇਨੀਆ ਕਹਿ ਲੈਂਦੇ ਆਪਾਂ ਇਸ ਨੂੰ ਕੀ ਫਰਕ ਨਜ਼ਰ ਆਉਂਦਾ ਹੈ ਤਾਂ ਸੁਖਚੈਨ ਸਿੰਘ ਸਾਡੇ ਨਾਲ ਨੇ ਖੁਦ ਤੁਹਾਨੂੰ ਜਾਣਕਾਰੀ ਦੇਣਗੇ ਔਰ ਕੋਈ ਕੋਈ ਪੰਜਾਬ ਦੇ ਵਿੱਚ ਸੁਖਚੈਨ ਹੁਣ ਕਹਿ ਵੀ ਰਿਹਾ ਸੀ ਕਿ ਕੋਈ ਕੋਈ ਪੰਜਾਬ ਦੇ ਨੌਜਵਾਨ ਕਰਦੇ ਨੇ ਤਾਂ ਸੁਖਚੈਨ ਸਿੰਘ ਸਾਡੇ ਨਾਲ ਨੇ ਆਪਾਂ ਨਾਲ ਗੱਲਬਾਤ ਕਰਾਂਗੇ ਸੁਖਚੈਨ ਜੀ ਪੰਜਾਬ ਨਿਊਜ਼ 'ਤੇ ਬਹੁਤ ਸਵਾਗਤ ਹੈ ਜੀ ਧੰਨਵਾਦ ਤੁਹਾਡਾ ਜੀ ਮੈਂ ਪਹਿਲਾਂ ਸਵਾਲ ਹੈ ਕਿ ਜੋ ਤੁਸੀਂ ਕਹਿ ਰਹੇ ਸੀ ਕਿ ਟ੍ਰੇਨਿੰਗ ਦਿੰਦੇ ਹੋ ਜਿਹੜੇ ਆਦਮੀ ਵਿੱਚ ਨੌਜਵਾਨ ਜਾਣਾ ਚਾਹੁੰਦੇ ਹੋ ਇਹ ਟ੍ਰੇਨਿੰਗ ਨੂੰ ਕਹਿੰਦੇ ਕੀ ਆਪਾਂ ਆਪਾਂ ਕੈਲਿਸਥੈਨਿਕ ਕਹਿੰਦੇ ਹਾਂ ਜੀ ਯਾਨੀ ਕਿ ਸਭ ਕੁਛ ਸਿਖਾਇਆ ਜਾਂਦਾ ਜੀ ਪੁਸ਼ਅਪ ਹੋ ਗਏ ਫਲਿੱਪ ਵਗੈਰਾ ਹੋ ਗਈ ਬੈਕ ਹੈਂਡ ਸਪ੍ਰਿੰਗ ਹੋ ਗਈ ਸ਼ਾਲਟੋ ਹੋ ਗਈ ਬੈਕ ਹੈਂਡ ਸਪ੍ਰਿੰਗ ਸ਼ਾਲਟੋ ਹੋ ਗਈ ਜੀ ਫਰੰਟ ਹੈਂਡ ਸਪ੍ਰਿੰਗ ਹੋ ਗਈ ਯਾਨੀ ਕਿ ਸਭ ਆਪਾਂ ਸਿਖਾਇਆ ਜਾਂਦਾ ਜੀ ਇੱਥੇ ਤੁਸੀਂ ਇਹ ਕਿੱਥੋਂ ਸਿੱਖੀ ਚੀਜ਼ਾਂ ਸਾਰੀਆਂ ਜੋ ਬੋਡੀ ਨੂੰ ਫਲੈਕਸ ਕਰਨਾ ਜਾਂ ਆਪਣੇ ਆਪ ਨੂੰ ਹੋਰ ਫੁਰਤੀ ਵਿੱਚ ਲੈ ਕੇ ਆਉਣਾ ਇਹ ਚੀਜ਼ਾਂ ਕਿੱਥੋਂ ਸਿੱਖੀਆਂ ਹਾਂਜੀ ਵੀਰੇ ਪਹਿਲਾਂ ਮੈਂ ਨਾ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਵੀਰੇ ਅਤੇ ਲੋਹਗੜ੍ਹ ਵਿੱਚ ਵੀਰੇ ਮੈਂ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਲੋਹਗੜ੍ਹ ਅਤੇ ਉੱਥੋਂ ਦਾ ਮੁੰਡਾ ਸੀਗਾ ਮਨਜਿੰਦਰ ਜੀ ਅਤੇ ਉੱਥੋਂ ਪ੍ਰੈਕਟਿਸ ਲਾਉਂਦਾ ਜੀ ਮੈਂ ਇਹ ਸਭ ਕੁਛ ਸਿੱਖ ਗਿਆ ਜੀ ਉੱਥੋਂ ਅਤੇ ਯਾਨੀ ਕਿ ਹੁਣ ਮੈਂ ਆਪ ਸਿਖਾਉਂਦਾ ਜੀ ਕਿੰਨਾ ਸਮਾਂ ਉੱਥੇ ਸਿੱਖਿਆ ਉੱਥੇ ਜੀ ਮੈਂ 8-9 ਮਹੀਨੇ ਸਿੱਖਿਆ ਜੀ ਉਸ ਤੋਂ ਬਾਅਦ ਹੁਣ 2 ਸਾਲ ਹੋ ਗਏ ਜੀ ਟ੍ਰੇਨਿੰਗ ਕਰਦੇ ਨੂੰ ਤੁਸੀਂ ਕਹਿ ਵੀ ਦਿਓ ਸੀ ਵੀ ਸਰਚ ਕੀਤਾ ਮੁੰਡੇ ਨੂੰ ਸੋਸ਼ਲ ਮੀਡੀਆ 'ਤੇ ਦੇਖਿਆ ਉਸ ਤੋਂ ਬਾਅਦ ਉੱਥੇ ਗਏ ਆਰਮੀ ਤੋਂ ਜਾਣ ਦਾ ਵੀ ਪੈਸ਼ਨ ਹੈਗਾ ਸੀ ਹੁਣ ਕਿਤੇ ਅਪਲਾਈ ਆਰਮੀ ਵਾਸਤੇ ਹਾਂਜੀ ਹਾਂਜੀ ਕੀਤਾ ਹੋਇਆ ਜੀ ਅਤੇ ਆਰਮੀ ਦਾ ਵੀ ਕੀਤਾ ਹੈ ਅਤੇ ਪੰਜਾਬ ਪੁਲਿਸ ਦਾ ਵੀ ਕੀਤਾ ਹੈ ਨਾਲ ਦੀ ਨਾਲ ਟ੍ਰੇਨਿੰਗ ਚੱਲਦੀ ਹੈ ਜੀ ਨਾਲ ਦੀ ਨਾਲ ਆਪਾਂ ਦੂਜਿਆਂ ਨੂੰ ਵੀ ਟ੍ਰੇਨਿੰਗ ਦੇਈ ਜਾਂਦੇ ਜੀ ਹੋਰ ਵੀ ਜਿਹੜੇ ਨੌਜਵਾਨ ਲੈਣਾ ਚਾਹੁੰਦੇ ਹਾਂਜੀ ਅਤੇ ਕਿੰਨੇ ਸਾਲ ਉੱਥੇ ਲਗਾਏ ਨੇ ਟ੍ਰੇਨਿੰਗ ਵਾਸਤੇ ਅਤੇ ਹੁਣ ਜੀ ਮੈਨੂੰ 2 ਸਾਲ ਹੋ ਗਏ ਜੀ ਕਰਦੇ ਨੂੰ ਅਤੇ ਉੱਥੇ ਮੈਂ 8-9 ਮਹੀਨੇ ਲਾਏ ਨੇ ਜੀ ਹਾਂਜੀ ਉਹ ਜੋ ਜਿਹੜੇ ਨੌਜਵਾਨ ਕੋਲ ਸਿੱਖਿਆ ਵੀ ਆਰਮੀ ਵਿੱਚ ਸਨ ਹਾਂਜੀ ਉਹ ਆਰਮੀ ਦੇ ਵਿੱਚ ਨੇ ਜੀ ਹਾਂਜੀ ਅਤੇ ਉਹ PT ਕੋਰਸ ਨੇ ਜੀ ਪੂਨੇ ਉਹਨਾਂ ਦੀ ਡਿਊਟੀ ਹੈਗੀ ਮਨਜਿੰਦਰ ਸਿੰਘ ਜੀ ਮਨਜਿੰਦਰ ਲੋਹਗੜ੍ਹ ਹਾਂਜੀ ਹੁਣ ਜਿਵੇਂ ਪਿੰਡ ਹੈ ਇਸ ਪਿੰਡ ਦੇ ਨੌਜਵਾਨ ਆਉਂਦੇ ਨੇ ਤਾਂ ਸ਼ਾਮ ਨੂੰ ਗਰਾਊਂਡ ਵਿੱਚ ਵੀ ਮੈਨੂੰ ਵੀ ਸਿਖਾ ਦਿਓ ਜਾਂ ਹੋਰ ਵੀ ਨੌਜਵਾਨ ਕਹਿੰਦੇ ਵੀ ਅਸੀਂ ਵੀ ਸਿੱਖਣਾ ਚਾਹੁੰਦੇ ਹਾਂ ਹਾਂਜੀ ਬਹੁਤ ਆਉਂਦੇ ਨੇ ਜੀ ਸ਼ਾਮੀ ਛੋਟੇ ਬੱਚੇ ਹੋ ਗਏ ਜੀ ਵੱਡੇ ਹੋ ਗਏ ਸਭ ਆਉਂਦੇ ਨੇ ਜੀ ਇੱਥੇ ਕਿੰਨਾ ਕੋਈ ਇਕੱਠ ਹੋ ਜਾਂਦਾ ਕਾਫੀ ਇਕੱਠ ਹੋ ਜਾਂਦਾ ਜੀ 25-30 ਜਾਣੇ ਹੋ ਜਾਂਦੇ ਨੇ ਜੀ ਸ਼ਾਮੂ ਇੱਧਰ ਸਿੱਖਣ ਵਾਲੇ ਕਾਫੀ ਆ ਜਾਂਦੇ ਨੇ ਵੀਰੇ ਤਾਂ ਇੱਥੇ ਉੱਥੇ ਸਿਖਾਇਆ ਜਾਂਦਾ ਹੈ ਨਾ ਅਤੇ ਛੋਟੇ ਬੱਚੇ ਵੀ ਆ ਜਾਂਦੇ ਨੇ ਅਤੇ ਵੱਡੇ ਵੀ ਆ ਜਾਂਦੇ ਨੇ ਯਾਨੀ ਕਿ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ ਵੀਰੇ ਇੱਥੇ ਲਾਮਾ ਪਿੰਡਾਂ ਤੋਂ ਵੀ ਆਉਂਦੇ ਵੀਰੇ ਆਸ-ਪਾਸ ਦੇ ਪਿੰਡ ਹਾਂਜੀ ਹਾਂਜੀ ਆਸ-ਪਾਸ ਦੇ ਪਿੰਡ ਤੇ ਸਭ ਆਉਂਦੇ ਨੇ ਜੀ ਹੁਣ ਤੁਸੀਂ ਗੱਲ ਕਰ ਰਹੇ ਸੀ ਕਿ ਇੱਕ ਜਿਮ ਜਾਣਾ ਜਿਮ ਜਾ ਕੇ ਮਸਲ ਬਣਾਉਂਦੇ ਨੇ ਲੋਕੀ ਕਹਿੰਦੇ ਨੇ ਰਿਲੈਕਸ ਹੋਈਏ ਕੋਈ ਪੇਟ ਵਾਸਤੇ ਜਾਂਦਾ ਵੀ ਪੇਟ ਘੱਟ ਹੋ ਜਾਵੇ ਫਰਕ ਕੀ ਹੈ ਦੋਨਾਂ ਦੇ ਵਿੱਚ ਜੇ ਆਪਾਂ ਜਿਮ ਦੀ ਗੱਲ ਕਰ ਲਈਏ ਜੋ ਤੁਸੀਂ ਹੁਣ ਕਰਕੇ ਦਿਖਾਏ ਨੇ ਆਪਾਂ ਨੂੰ ਸਟੰਟ ਕਹਿ ਲਈਏ ਫਲੈਕਸੀਬਿਲਟੀ ਲਈ ਸਰੀਰ
ਪੱਖੋਂ ਵਧੀਆ ਤਰੀਕਾ ਇਹ ਵੀ ਹੈਗਾ ਅਤੇ ਫਿਰ ਜਿਮ ਜਾ ਕੇ ਇਹ ਚੀਜ਼ਾਂ ਨੂੰ ਕਰਕੇ ਕੀ ਫਾਇਦਾ ਹੁੰਦਾ ਦੋਨਾਂ ਵਿੱਚ ਜਾਂ ਕੀ ਡਿਫਰੈਂਟ ਹੈ? ਜਿਮ ਦੇ ਵਿੱਚ ਜੀ ਮਸਲ ਵਗੈਰਾ ਬਣਦੇ ਨੇ ਅਤੇ ਬੋਡੀ ਟਾਈਟ ਹੋ ਜਾਂਦੀ ਆ। ਜਿਹੜੇ ਏ ਨੂੰ ਕਹਿ ਦਿੰਦੇ ਜਿਮਨਾਸਟਿਕ, ਇਹਦੇ ਵਿੱਚ ਜੀ ਸਰੀਰ ਦੀ ਫਲੈਕਸੀਬਿਲਟੀ, ਲਾਚਕ, ਹੱਡੀਆਂ ਮਜ਼ਬੂਤ ਜੀ, ਯਾਨੀ ਕਿ ਫੁਰਤੀ ਆਉਂਦੀ, ਸਾਰਾ ਫੁਰਤੀ ਦਾ ਕੰਮ ਆ ਅਤੇ ਜ਼ੋਰ ਦਾ ਕੰਮ ਆ ਜੀ। ਜਿਮ ਦੇ ਵਿੱਚ ਇਕੱਲਾ ਜ਼ੋਰ ਜਾਂ ਮਸਲ ਵਗੈਰਾ ਖੜ੍ਹੇ ਹੋ ਜਾਂਦੇ, ਇਹਦੇ ਵਿੱਚ ਜ਼ਿਆਦਾ ਜ਼ੋਰ ਲੱਗਦਾ ਜਿਮ ਨਾਲ। ਹਾਂਜੀ, ਹਾਂ ਜੇ ਇਹਦੀ ਗੱਲ ਕਰੀਏ, ਕਿੰਨੇ ਕੁ ਪੰਜਾਬ ਦੇ ਵਿੱਚ ਲੱਗਦਾ ਵੀ ਨੌਜਵਾਨ ਇਹ ਸਿੱਖਦੇ ਹੋਣਗੇ ਜਾਂ ਚੀਜ਼ਾਂ ਕਰਦੇ ਹੋਣਗੇ? ਕਿਉਂਕਿ ਆਪਾਂ ਦੇਖਿਆ ਥਾਂ ਥਾਂ ਜਿਮ ਵਿੱਚ ਨੌਜਵਾਨ ਜਾਂਦੇ ਨੇ, ਤਾਂ ਕਿੰਨੀ ਕੁ ਜਗ੍ਹਾ 'ਤੇ ਲੋਕ ਇਸ ਤਰੀਕੇ ਨਾਲ ਜਾਂ ਨੌਜਵਾਨ ਕੰਮ ਕਰਦੇ ਹੋਣਗੇ ਵੀ ਅਸੀਂ ਵੀ ਬੋਡੀ ਨੂੰ ਫਲੈਕਸੀਬਿਲਟੀ ਬਣਾਉਣਾ ਚਾਹੁੰਦੇ ਹਾਂ? ਕਰਦੇ ਹੈਗੇ ਜੀ, ਬਹੁਤ ਘੱਟ ਕਰਦੇ ਜੀ, ਬਹੁਤ ਯਾਨੀ ਕਿ ਪੰਜਾਬ ਦੇ ਵਿੱਚ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਨੇ ਜੀ, ਯਾਨੀ ਕਿ ਕਰਦੇ ਹੈਗੇ ਜੀ, ਬਹੁਤ ਘੱਟ ਨੇ ਜੀ। ਪਹਿਲਾਂ ਦੀ ਗੱਲ ਕਰੀਏ, ਪਹਿਲਾਂ ਤਾਂ ਜਿਮ ਨਹੀਂ ਹੁੰਦੇ ਸੀ, ਪਹਿਲਾਂ ਵੀ ਇਸ ਤਰੀਕੇ ਨਾਲ ਸਰੀਰ ਬਣਾਏ ਜਾਂਦੇ ਸੀ। ਜੋ ਪੁਰਾਣੇ ਬਜ਼ੁਰਗਾਂ ਕੋਲ ਵੀ ਸਾਨੂੰ ਪੁੱਛਦੇ ਸੀ, ਕਹਿੰਦੇ ਵੀ ਪਹਿਲਾਂ ਕੋਈ ਜਿਮ ਤਾਂ ਹੁੰਦੇ ਨਹੀਂ ਸੀ, ਅਸੀਂ ਵੀ ਇੱਦਾਂ ਹੀ ਛਾਲਾਂ ਮਾਰ ਕੇ ਜਾਂ ਇਸੇ ਤਰੀਕੇ ਨਾਲ ਕਰਕੇ ਵੀ ਸਰੀਰ ਬਣਾਏ ਤਰੀਕੇ ਨਾਲ ਜੀ। ਸਾਰਾ ਕੁਝ ਬਾਕੀ ਦੇਸੀ ਬਣਾਇਆ ਜੀ, ਆਪਾਂ ਜਿਮ ਨਹੀਂ ਲਾਉਂਦੇ ਜੀ, ਟਾਇਰ ਵਗੈਰਾ ਬਣੇ ਹੋਏ ਆ, ਪੋਲ ਹੋ ਗਿਆ ਜੀ, ਅਤੇ ਪੁਸ਼ ਵਗੈਰਾ ਲਾਈਦੇ ਆ ਜੀ, ਅਤੇ ਸਭ ਇੱਥੇ ਪ੍ਰੈਕਟਿਸ ਕੀਤੀ ਜਾਂਦੀ ਹੈ, ਟਾਇਰ ਵਗੈਰਾ ਚੱਕਦੇ ਆ ਨਾ ਸ਼ਾਮ ਨੂੰ, ਅਤੇ ਵਧੀਆ ਪ੍ਰੈਕਟਿਸ ਲਾਈ ਜਾਂਦੀ ਹੈ ਜੀ। ਦੂਸਰੇ ਪਾਸੇ ਗੱਲ ਕਰੀਏ, ਹੁਣ ਤੁਸੀਂ ਗਰਾਊਂਡ ਬਣਾਇਆ ਇਸ ਵਿੱਚ, ਅਤੇ ਕਿੰਨਾ ਸਮਾਂ ਗਰਾਊਂਡ ਵਿੱਚ ਰਹਿੰਦੇ ਹੋ ਬਿਤਾਉਂਦੇ ਹੋ? ਮੈਂ ਸੁਬਾਹ ਸ਼ਾਮ ਗਰਾਊਂਡ ਵਿੱਚ ਹੁੰਦਾ ਜੀ, ਅਤੇ ਸੁਬਾਹ ਜਾਂਦਾ ਨਹੀਂ, ਮੈਂ 6 ਵਜੇ ਆ ਜਾਂਦਾ ਜੀ, ਅਤੇ 8 ਵਜੇ ਗਰਾਊਂਡ ਜਾਂਦਾ, 8 ਵਜੇ ਜਾਂਦਾ ਘਰ ਮੁੜਦਾ ਜੀ, ਅਤੇ ਸ਼ਾਮੀ ਉਹਨਾਂ ਮੈਂ 5 ਵਜੇ ਅਤੇ 8-9 ਵਜੇ ਘਰ ਜਾਂਦਾ ਜੀ। ਜਿੰਨੇ ਵੀ ਇੱਥੇ ਮੁੰਡੇ ਆਉਂਦੇ ਨੇ ਉਹ ਟ੍ਰੇਨਿੰਗ ਲੈਣ ਵਾਸਤੇ ਟ੍ਰੇਨਿੰਗ ਦੇ ਕੇ ਜਾਂਦੇ? ਹਾਂਜੀ ਹਾਂਜੀ, ਟ੍ਰੇਨਿੰਗ ਦੇ ਕੇ ਜਾਂਦੇ ਜੀ, ਨਾਲੇ ਖੁਦ ਟ੍ਰੇਨਿੰਗ ਲਾਈ ਦੇ, ਨਾਲੇ ਉਹਨਾਂ ਨੂੰ ਦੇਈਏ। ਹੁਣ ਜਿਹੜੇ ਆਦਮੀ 'ਚ ਆਉਂਦੇ ਨੇ ਤੁਹਾਡੇ ਕੋਲ ਇੱਥੇ ਸਿੱਖਣ ਵਾਸਤੇ, ਨੌਜਵਾਨ ਆਉਂਦੇ ਨੇ ਜਾਂ ਪਿੰਡ ਦੇ ਸਰਪੰਚ ਹੋ ਗਏ ਜਾਂ ਬਾਕੀ ਲੋਕਾਂ ਨੇ ਕਿਹਾ ਵੀ ਐਪਰੀਸ਼ੀਏਟ ਕੀਤਾ ਵੀ ਬਹੁਤ ਵਧੀਆ ਕੰਮ ਹੈ, ਜਾਂ ਨਾਲ ਦੇ ਕਹਿੰਦੇ ਨੇ ਵੀ ਬਹੁਤ ਵਧੀਆ, ਜਾਂ ਅੱਗੇ ਜਾ ਕੇ ਕੋਈ ਅਕੈਡਮੀ ਖੋਲ੍ਹਣ ਦਾ ਸੁਪਨਾ ਹੋਵੇ? ਹਾਂਜੀ, ਅੱਗੇ ਜਾ ਕੇ ਅਕੈਡਮੀ ਖੋਲ੍ਹਣ ਦਾ ਸੁਪਨਾ ਹੈਗਾ ਜੀ, ਅਤੇ ਆਪਣਾ ਇਹੀ ਹੈਗਾ, ਅਤੇ ਪਹਿਲਾਂ ਆਪ ਵਧੀਆ ਜੀ ਪੈਰਾਂ ਸਿਰ ਖੜ੍ਹੇ ਹੋਈਏ, ਅਤੇ ਉਸ ਤੋਂ ਬਾਅਦ ਆਪਾਂ ਅਕੈਡਮੀ ਖੋਲ੍ਹਾਂਗੇ ਜੀ, ਅਤੇ ਬਾਹਰ ਦੇ ਮੁੰਡਿਆਂ ਨੂੰ ਸਿਖਾਵਾਂਗੇ ਅਤੇ ਪਿੰਡ ਵਾਲਿਆਂ ਨੂੰ ਸਿਖਾਵਾਂਗੇ, ਅਤੇ ਆਪਣਾ ਇਹੀ ਸੁਪਨਾ ਜੀ। ਮੈਂ ਦਰਸ਼ਕਾਂ ਦੱਸ ਦਵਾਂ, ਅਸੀਂ ਇਸ ਸਮੇਂ ਗਰਾਊਂਡ ਵਿੱਚ ਮੌਜੂਦ ਸੀ, ਅਤੇ ਦੂਸਰੇ ਪਾਸੇ ਹੁਣ ਇਸੇ ਨੌਜਵਾਨ ਦੇ ਘਰ ਲੈ ਕੇ ਚੱਲਾਂਗੇ, ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਂਦੇ ਹਾਂ ਵੀ ਘਰ ਦੇ ਹਾਲਾਤ ਕੀ ਨੇ। ਕਿਉਂਕਿ ਪਹਿਲਾਂ ਵੀ ਮੈਂ ਜਿਵੇਂ ਜ਼ਿਕਰ ਕਰਨਾ ਹੁੰਦਾ ਵੀ ਕੋਈ ਵੀ ਕਿਸੇ ਨੇ ਗਿਆਨ ਲੈਣਾ ਹੋਵੇ ਜਾਂ ਕਿਸੇ ਨੇ ਕੁਛ ਸਿੱਖਣਾ ਹੋਵੇ ਤਾਂ ਉਸਦੀ ਉਮਰ ਜਾਂ ਉਸਦਾ ਅਮੀਰੀ ਜਾਂ ਗਰੀਬੀ ਨਹੀਂ ਦੇਖੀ ਜਾਂਦੀ, ਤੁਹਾਨੂੰ ਨੌਜਵਾਨ ਦੇ ਘਰ ਲੈ ਕੇ ਚੱਲਦੇ ਹਾਂ। ਨੌਜਵਾਨ ਦੇ ਘਰ ਤੋਂ ਹੁਣ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਨੌਜਵਾਨ ਆਪਣਾ ਗੁਜ਼ਾਰਾ ਕਰਦਾ ਹੈ। ਅਸੀਂ ਸਭ ਮੌਜੂਦ ਹਾਂ ਸੁਖਚੈਨ ਸਿੰਘ ਦੇ ਘਰ, ਤੁਸੀਂ ਦੇਖ ਸਕਦੇ ਹੋ ਵੀ ਸੁਖਚੈਨ ਸਿੰਘ ਦੇ ਘਰ ਦੇ ਹਾਲਾਤ ਕੀ ਨੇ। ਮੁੰਡਾ ਮਿਹਨਤ ਕਰਦਾ, ਜੋ ਗਰਾਊਂਡ ਵਿੱਚ ਜਾ ਕੇ ਦੂਸਰਿਆਂ ਨੂੰ ਵੀ ਟ੍ਰੇਨਿੰਗ ਦਿੰਦਾ ਹੈ, ਉਸਦਾ ਘਰ ਹੈ, ਅਤੇ ਸੁਖਚੈਨ ਸਿੰਘ ਵੀ ਸਾਡੇ ਨਾਲ ਹੈ। ਸੁਖਚੈਨ, ਘਰ ਦੇ ਹਾਲਾਤ ਦੇਖੀਏ, ਹਾਲਾਤ ਕਿਉਂ ਨੇ ਕਰਦੇ ਇੱਦਾਂ ਦੇ? ਬਸ ਵੀਰੇ, ਸ਼ੁਰੂ ਤੋਂ ਹੀ ਵੀਰੇ ਇੱਦਾਂ ਹੈ ਨਾ, ਘਰ ਡੈਡੀ ਦਾਰੂ ਪੀਂਦੇ ਜੀ, ਤਾਂ ਕਰਕੇ ਘਰ ਦੀ ਹਾਲਾਤ ਇੱਦਾਂ ਹੀ ਨੇ। ਇਹ ਚੀਜ਼ਾਂ ਇੰਨੀਆਂ ਸਿੱਖੀਆਂ, ਜਾਂ ਮੁੰਡੇ ਕੋਲ ਟ੍ਰੇਨਿੰਗ ਵੀ ਉੱਥੋਂ ਲਈ ਸੀ ਜਾ ਕੇ, ਜਿਵੇਂ ਤੁਸੀਂ ਕਹਿ ਦਿੰਦੇ ਆਰਮੀ ਵਿੱਚ ਜਾਣਾ ਚਾਹੁੰਦੇ ਸੀ, ਆਰਮੀ ਜਾਂ ਪੁਲਿਸ ਦੀ ਹੁਣ ਕੋਸ਼ਿਸ਼ ਕਰਦੇ ਹੋ ਵੀ ਉੱਥੇ ਜਾ ਕੇ ਨੌਕਰੀ ਤੁਹਾਨੂੰ ਮਿਲ ਜਾਵੇ, ਤਾਂ ਇਹ ਹਾਲਾਤ ਦੇਖ ਕੇ ਕਿਸੇ ਨੇ ਕਿਹਾ ਵੀ ਚਲੋ ਹੈਲਪ ਕਰ ਦਿੰਦੇ ਹਾਂ ਜਾਂ ਤੁਹਾਡੀ ਮਦਦ ਕਰ ਦਿੰਦੇ ਹਾਂ? ਹਜੇ ਤੱਕ ਤਾਂ ਵੀਰੇ ਕਿਸੇ ਨੇ ਨਹੀਂ ਕਿਹਾ। ਹਾਂਜੀ ਵੀਰੇ, ਯਾਨੀ ਕਿ ਕਹੀ ਜਾਂਦੇ ਰਹਿੰਦੇ ਨੇ, ਕਹਿ ਵੀ ਦਿੰਦੇ ਨੇ, ਯਾਨੀ ਕਿ ਕਿਹਾ ਨਹੀਂ ਗਾ, ਯਾਨੀ ਕਿ ਕਹਿਣ ਵਾਲੇ ਬਹੁਤ ਹੁੰਦੇ ਨੇ, ਗੱਲਾਂ ਗੁੱਲਾਂ ਕਰਕੇ ਮੁੜ ਜਾਂਦੇ ਨੇ, ਯਾਨੀ ਕਿ ਕਿਸੇ ਨੇ ਨਹੀਂ ਕਿਹਾ, ਆਪਦੀ ਮਿਹਨਤ ਕਰੀ ਜਾਂਦੇ ਵੀਰੇ, ਬਸ ਵਧੀਆ ਆਪਦੇ ਸਿਰ 'ਤੇ ਖੜ੍ਹੇ ਹੋਵਾਂਗੇ, ਪੈਰਾਂ ਦੇ ਸਿਰ 'ਤੇ। ਤੁਸੀਂ ਕਿਹਾ ਟ੍ਰੇਨਿੰਗ ਵੀ ਦਿਆਂਗੇ? ਟ੍ਰੇਨਿੰਗ ਦੇਈ ਜਾਂਦੇ ਹਾਂ ਜੀ, ਅਤੇ ਆਪਾਂ ਵਧੀਆ ਉਹ ਖੋਲ੍ਹਾਂਗੇ, ਅਕੈਡਮੀ ਖੋਲ੍ਹਾਂਗੇ ਜੀ, ਆਪਣੇ ਹੱਥ ਆਪਣੇ ਸਿਰ 'ਤੇ, ਅਤੇ ਸਿਖਾਵਾਂਗੇ, ਅਤੇ ਆਪਣਾ ਹੀ ਕੁਛ ਨਵਾਂ ਵੱਖਰਾ ਕਰਾਂਗੇ ਜੀ। ਮੈਂ ਅੰਦਰ ਵੀ ਦਿਖਾ ਦਿੰਦਾ ਵੀ ਸੁਖਚੈਨ ਨੇ ਜੋ ਇਨਾਮ ਜਿੱਤੇ ਹੋਏ ਨੇ ਪਿੰਡ ਵਿੱਚੋਂ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ, ਇਹ ਸਾਰੇ ਇਨਾਮ ਜਿੱਤੇ ਹੋਏ ਨੇ ਜਿੱਥੇ ਜਿੱਥੇ ਸੁਖਚੈਨ ਗਿਆ, ਜਾਂ ਜਿੱਥੇ ਇਹਨੂੰ ਬੁਲਾਉਂਦੇ ਨੇ ਸੁਖਚੈਨ ਨੂੰ। ਕਬੱਡੀ ਵੀ ਖੇਡਦਾ ਰਿਹਾ ਨੌਜਵਾਨ, ਕਬੱਡੀ ਹੁਣ ਖੇਡਦੇ ਹੋ ਕਿ ਛੱਡਤੀ ਹੈ? ਹੁਣ ਛੱਡਤੀ ਹੈ ਜੀ, ਹੁਣ ਨਹੀਂ ਖੇਡਦੇ ਕਬੱਡੀ? ਹਾਂਜੀ, ਹੁਣ ਨਹੀਂ ਖੇਡਦੇ। ਮੈਂ ਦੇਖਦਾ ਵੀ ਕਬੱਡੀ ਦੇ ਵੀ ਇਨਾਮ ਮਿਲੇ ਹੋਏ। ਹਾਂਜੀ ਹਾਂਜੀ, ਕਬੱਡੀ ਤਾਂ ਹੈਗੇ, ਅਤੇ ਹੁਣ ਛੱਡਤੀ ਜੀ, ਪਹਿਲਾਂ ਖੇਡਦੇ ਸੀ, ਜ਼ਿਆਦਾ ਖੁਰਾਕ ਵਗੈਰਾ ਨਹੀਂ ਮਿਲਦੀ ਸੀਗੀ, ਅਤੇ ਖੁਰਾਕ ਵਗੈਰਾ ਨਹੀਂ ਮਿਲਦੀ ਸੀ, ਡਾਇਟ ਨਹੀਂ ਸੀ ਪੂਰੀ ਹੁੰਦੀ, ਤਾਂ ਕਰਕੇ ਛੱਡਤੀ ਵੀਰੇ ਕਬੱਡੀ। ਇਹ ਵਾਲਾ ਇਨਾਮ ਕਿੱਥੇ ਮਿਲਿਆ? ਇਹ ਆਪਾਂ ਨੂੰ ਰੂਮੀ ਤੋਂ ਮਿਲਿਆ ਸੀਗਾ ਜੀ। ਇੱਥੇ ਕੀ ਪਾਰਟੀਸਪੇਟ ਕੀਤਾ ਸੀ? ਇੱਥੇ ਕਬੱਡੀ ਦੇ ਵਿੱਚ ਕੀਤਾ ਜੀ, 40 ਕਿਲੋ ਕਬੱਡੀ, ਕਬੱਡੀ 40 ਕਿਲੋ ਸੀਗੇ, ਅਤੇ ਸੈਕਿੰਡ ਸੀਗੇ ਜੀ ਅਸੀਂ। ਇਹ ਵਾਲਾ ਇਨਾਮ ਇਹ ਪਿੰਡ ਵਾਲਾ ਜੀ, ਪਿੰਡ ਵੱਲੋਂ ਦਿੱਤਾ ਗਿਆ ਜੀ, ਇੱਥੇ ਵੀ ਖੇਡੇ ਸੀਗੇ, ਇੱਥੇ 42 ਕਿਲੋ ਖੇਡੇ ਸੀਗੇ ਜੀ ਕਬੱਡੀ। ਹਾਂਜੀ ਹਾਂਜੀ, ਕਬੱਡੀ ਤਾਂ ਛੱਡ ਦਿੱਤੀ ਵੀ ਖੁਰਾਕ ਨਹੀਂ ਕੀ ਸੀ? ਖੁਰਾਕ ਨਹੀਂ ਸੀ ਹੈਗੀ ਜੀ, ਅਤੇ ਜ਼ਿਆਦਾ ਮਿਹਨਤ ਚਾਹੀਦੀ, ਅਤੇ ਖੁਰਾਕ ਨਹੀਂ ਸੀ, ਅਤੇ ਤਾਂ ਕਰਕੇ ਛੱਡਤੀ ਜੀ, ਸੱਟਾਂ ਵਗੈਰਾ ਫੇਟਾਂ ਪਾਤੀਆਂ, ਅਤੇ ਇਸ ਲਈ ਮੈਂ ਆਰਮੀ ਦੀ ਤਿਆਰੀ ਕਰਦਾ ਸੀ ਵੀਰੇ, ਵੀ ਆਖਿਆ ਵੀ ਆਪਾਂ ਕਬੱਡੀ 'ਚ ਕੀ ਹੈ, ਅਤੇ ਆਰਮੀ 'ਚ ਭਰਤੀ ਹੋਵਾਂਗੇ, ਤਾਂ ਕਰਕੇ ਵੀਰੇ ਆਰਮੀ ਲਈ ਤਿਆਰੀ ਕਰਦਾ ਸੀਗਾ,
ਵੀ ਤੁਹਾਡੀ ਉਮਰ ਦਾ ਵੀ ਹੁਣ ਮੈਂ ਨਸ਼ੇ ਨਹੀਂ ਕਰਨੇ ਹੁਣ ਤਾਂ ਮੈਂ ਟ੍ਰੇਨਿੰਗ ਕਰਨੀ ਹੈ ਜਾਂ ਮੈਂ ਟ੍ਰੇਨਿੰਗ ਕਰਨਾ ਚਾਹੁੰਦਾ ਆ ਕੇ ਕਹਿੰਦੇ ਨੌਜਵਾਨ ਹਾਂਜੀ ਹਾਂਜੀ ਬਹੁਤ ਆਉਂਦੇ ਨੇ ਜੀ ਸ਼ਾਮੀ ਬਹੁਤ ਵੱਡੇ ਆ ਜਾਂਦੇ ਨੇ ਛੋਟੇ ਬੱਚੇ ਵੀ ਆ ਜਾਂਦੇ ਨੇ ਅਤੇ ਕਹਿੰਦੇ ਅਸੀਂ ਵੀ ਇਹ ਟ੍ਰੇਨਿੰਗ ਕਰਨੀ ਆ ਅਤੇ ਆਪਣੇ ਟਿੱਕਟੋਕ 'ਤੇ ਵੀਡੀਓ ਦੇਖ ਲੈਂਦੇ ਇੰਸਟਾ 'ਤੇ ਵੀਡੀਓ ਦੇਖ ਲੈਂਦੇ ਨੇ ਜੀ ਇੰਸਟਾ 'ਤੇ ਵੀਡੀਓ 'ਤੇ ਚੱਲੀ ਜਾਂਦੇ ਨੇ ਇੰਸਟਾ ਆਈ ਡੀ ਹੈ ਜੀ ਆਪਣੀ ਸੁੱਖ ਕੌਰੜ ਜਾ ਕੇ ਦੇਖ ਸਕਦੇ ਹੋ ਅਤੇ ਫੁੱਲ ਨਾਮ ਮੇਰਾ ਸੁਖਚੈਨ ਸਿੰਘ ਹੈ ਜੀ ਹਾਂਜੀ ਹੁਣ ਕੀ ਆਸ ਕਰਨੀ ਆ ਕੋਈ ਅੱਗੇ ਜਾ ਕੇ ਜਿਵੇਂ ਤੁਸੀਂ ਭਰੇ ਹੋਏ ਨੇ ਪੇਪਰ ਕੋਈ ਤੁਹਾਡੀ ਸੁਣੂਗਾ ਜਾਂ ਇਸ ਘਰ ਨੂੰ ਥੋੜ੍ਹਾ ਜਿਹਾ ਹੋਰ ਤੁਹਾਡੀ ਕੋਈ ਮਦਦ ਕਰੂਗਾ ਜਾਂ ਤੁਸੀਂ ਜਿਵੇਂ ਕਹਿੰਦੇ ਅਕੈਡਮੀ ਖੋਲ੍ਹਣਾ ਚਾਹੁੰਦੇ ਹੋ ਕੋਈ ਲੱਗਦਾ ਵੀ ਕੋਈ ਕਰੂਗਾ ਤੁਹਾਡੀ ਮਦਦ ਦੇਖੋ ਜੀ ਜੇ ਕੋਈ ਕਰਦਾ ਨਹੀਂ ਜੀ ਆਪਣੀ ਮਿਹਨਤ ਕਰੀ ਜਾਂਦੇ ਹੈਗੇ ਅਤੇ ਆਪਣੇ ਪੈਰਾਂ 'ਚ ਖੜ੍ਹੇ ਹੋਵਾਂਗੇ ਜੀ ਅਤੇ ਆਪਦੀ ਮਿਹਨਤ ਚੱਲੀ ਜਾਂਦੀ ਹੈ ਵਧੀਆ ਜੀ ਕਰੀ ਜਾਵਾਂਗੇ ਆਪਣੀ ਮਿਹਨਤ ਨਾਲ ਕਰਾਂਗੇ ਅਤੇ ਬਾਕੀ ਫਾਰਮ ਭਰੇ ਹੋਇਆ ਜੀ BSF ਦੇ ਵੀ ਭਰੇ ਹੋਇਆ ਅਤੇ ਪੰਜਾਬ ਪੁਲਿਸ ਦੇ ਭਰੇ ਹੋਇਆ ਜਿੱਧਰ ਲੋਟ ਹੋਏਗਾ ਜੀ ਬਸ ਰੱਬ ਦੀ ਕਿਰਪਾ ਨਾਲ ਉੱਧਰ ਹੀ ਬਸ ਠੀਕ ਕਰ ਲੈਣਾ ਜੀ ਕੰਮ ਅਤੇ ਸਾਰੀ ਗੱਲ ਬਸ ਸੁਣੀਏ ਸਾਡੇ ਨਾਲ ਸੁਖਚੈਨ ਸਨ ਟਰੋਫੀਆਂ ਨੇ ਕੁਛ ਟਰੋਫੀਆਂ ਜਾਂ ਇਨਾਮ ਕਹਿ ਲਈਏ ਕਬੱਡੀ ਦੇ ਨੇ ਕਬੱਡੀ ਖੇਡਦਾ ਤਾਂ ਨੌਜਵਾਨ ਪਰ ਹੁਣ ਕਬੱਡੀ ਨਹੀਂ ਖੇਡਦਾ ਕਿਉਂਕਿ ਖੁਰਾਕ ਨਹੀਂ ਹੈਗੀ ਹਾਲਾਤ ਵੀ ਘਰ ਦੇ ਉਹੋ ਜਿਹੇ ਹੈਗੇ ਨੇ ਦੱਸਿਆ ਵੀ ਉਹ ਸੁਖਚੈਨ ਨੇ ਖੁਦ ਵੀ ਕੁਛ ਚੀਜ਼ਾਂ ਨਹੀਂ ਕੈਮਰੇ 'ਤੇ ਦੱਸ ਸਕਦਾ ਕੁਛ ਨਿੱਜੀ ਵੀ ਹੁੰਦੀਆਂ ਨੇ ਇਸ ਕਰਕੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਾਂ ਨੌਜਵਾਨ ਅਕੈਡਮੀ ਖੋਲ੍ਹਣਾ ਚਾਹੁੰਦਾ ਅਕੈਡਮੀ ਵਿੱਚ ਬੱਚੇ ਹੋ ਗਏ ਨੌਜਵਾਨ ਹੋ ਗਏ ਜਾਂ ਹੋਰ ਵਿਅਕਤੀ ਬਜ਼ੁਰਗ ਹੋ ਗਏ ਉਹਨਾਂ ਨੂੰ ਟ੍ਰੇਨਿੰਗ ਦੇਣਾ ਚਾਹੁੰਦਾ ਵੀ ਸਿਹਤ ਸਹੀ ਰਹੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਨੌਜਵਾਨ ਅਤੇ ਜਜ਼ਬਾ ਮੋਟੀਵੇਸ਼ਨਲ ਵੀਡੀਓ ਹੈ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਮੋਟੀਵੇਸ਼ਨਲ ਵੀਡੀਓ ਦਿਖਾਈਆਂ ਨੇ ਤੁਸੀਂ ਉਹਨਾਂ ਨੂੰ ਖੂਬ ਪਸੰਦ ਕੀਤਾ ਅਤੇ ਇਸ ਵੀਡੀਓ ਨੂੰ ਵੀ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ ਔਰ ਹੋ ਸਕੇ ਸੁਖਚੈਨ ਦੀ ਮਦਦ ਵੀ ਕਰ ਸਕਦੇ ਹੋ ਸੁਖਚੈਨ ਤੁਹਾਡਾ ਨੰਬਰ ਕੀ ਹੈ ਨੰਬਰ ਦੱਸ ਦਿਉ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਨੂੰ ਕੰਟੈਕਟ ਕਰ ਸਕਦਾ ਨੰਬਰ ਹੈਗਾ ਜੀ ਆਪਣਾ 98780188209 ਨੰਬਰ ਤੁਸੀਂ ਸੁਣ ਲਿਆ ਅਤੇ ਕਿਸੇ ਨੇ ਵੀ ਕੋਈ ਗੱਲਬਾਤ ਕਰਨੀ ਸੁਖਚੈਨ ਨਾਲ ਗੱਲਬਾਤ ਕਰ ਸਕਦਾ